मां एक बहुत बड़ा समुंदर है है ना ओदे च गुस्सा है प्यार है ਛਿੜਕਾਂ ਨੇ ਬਹੁਤ ਕੁਝ ਸਮਾਈ ਬੈਠੀ ਆਪਣੇ ਅੰਦਰ ਪਤਾ ਨਹੀਂ ਮੈਂ ਬਹੁਤ ਵਾਰ ਆਪਣੇ ਆਪ ਨਾਲ ਵੀ ਇਹ ਸਵਾਲ ਕਰਦੀ ਹੁੰਨੀ ਆ ਕਿ ਮਤਲਬ ਔਰਤ ਨੂੰ ਰੱਬ ਬਣਾ ਕੇ ਇੱਤਾਂ ਦੀ ਭੇਜਦਾ ਹੈ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਮੋਹ ਹੈ ਮੇਰੇ ਬੱਚਿਆਂ ਨਾਲ 28 ਸਾਲਾਂ ਬਾਅਦ ਮੇਰੇ ਘਰ ਬੇਬੀ ਹੋਏ ਨੇ ਤੇ ਬਟ ਉਹ ਨਹੀਂ ਸੀ ਤਾਂ ਵੀ ਉਹ ਹੈਗੇ ਸੀ ਸਾਨੂੰ ਕੁੜੀਆਂ ਨੂੰ ਨਾ ਬਹੁਤ ਸ਼ੌਂਕ ਮਾਰਨੇ ਪੈਂਦੇ ਆ ਤੇ ਮਾਂ ਤੋਂ ਬਾਅਦ ਮਾਂ ਬਣਨ ਤੋਂ ਬਾਅਦ ਤਾਂ ਇੰਨੀ ਜ਼ਿਆਦਾ ਰਿਸਪੌਂਸਿਬਿਲਿਟੀਆਂ ਹੋ ਜਾਂਦੀਆਂ ਹਨਾ ਕਿ ਸ਼ਾਇਦ ਉਹ ਸੁਪਰ ਵੂਮਨ ਵਾਲੀ ਆ ਲੱਗਦੀ ਹੈ ਨਹੀਂ ਨਹੀਂ ਮੈਂ ਬਿਲਕੁਲ ਸਹਿਮਤ ਆ ਤੁਹਾਡੇ ਨਾਲ ਜਦੋਂ ਅਸੀਂ ਮਾਪਿਆਂ ਦੇ ਘਰ ਹੁੰਦੇ ਆਂ ਭਾਵੇਂ ਉੱਥੇ ਸਾਨੂੰ ਕਿੰਨੀ ਵੀ ਆਜ਼ਾਦੀ ਹੋਵੇ ਉੱਥੇ ਬਹੁਤ ਗੱਲਾਂ ਤੋਂ ਸਾਨੂੰ ਰੋਕਿਆ ਜਾਂਦਾ ਤੇ ਸਾਨੂੰ ਰੁਕਣਾ ਵੀ ਪੈਂਦਾ ਹੈ। ਮਤਲਬ ਜਿਵੇਂ ਹੁਣ ਮੇਰਾ ਬ੍ਰਦਰ ਹੈ ਮੈਂ ਆ ਤੇ ਮੇਰੀ ਮਮ ਨੇ ਨਾ ਕਦੇ ਵੀ ਮਤਲਬ ਐ ਨਹੀਂ ਫਰਕ ਨਹੀਂ ਕੀਤਾ ਸਾਡੇ ਵਿੱਚ ਮਤਲਬ ਕਹਿ ਲਓ ਪਿਆਰ ਨਾਲ ਵਗਾੜਿਆ ਬਹੁਤ ਹੈ ਅਸੀਂ ਵਿਗੜੇ ਵੀ ਬਹੁਤ ਆ ਕਿ ਅਗਰ ਸਾਨੂੰ ਚੀਜ਼ ਚਾਹੀਦੀ ਹੈ ਤਾਂ ਚਾਹੀਦੀ ਹੈ ਤਾਂ ਤੁਸੀਂ ਕਿੱਦਾਂ ਦੀ ਮੰਗੋ ਤੁਸੀਂ ਵੀ ਵਗਾੜਿਆ ਹੈ ਉਹਦੇ ਬੱਚਿਆਂ ਨੂੰ ਮੇਰੇ ਕਿਡਜ਼ ਜੇ ਛੋਟੇ ਆ ਪਰ ਜਿਵੇਂ ਤੁਸੀਂ ਕਹੇ ਤੁਹਾਡੇ ਮਮਾ ਨੇ ਤੁਹਾਨੂੰ ਵਗਾੜਿਆ ਮੇਰੇ ਫਾਦਰ ਸਾਹਿਬ ਨੇ ਸਾਨੂੰ ਮਤਲਬ ਅਸੀਂ ਦੋ ਸਿਸਟਰ ਦੋ ਬ੍ਰਦਰ ਆ ਮੇਰੇ ਫਾਦਰ ਸਾਹਿਬ ਨੇ ਸਾਨੂੰ ਕੁੜੀਆਂ ਨੂੰ ਬਹੁਤ ਵਗਾੜਿਆ ਮਤਲਬ ਉਹਨਾਂ ਨੇ ਸਾਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ ਕਿ ਦੋਵਾਂ ਮਦਰਹੁੱਡ ਦੇ ਵਿੱਚ ਫਰਕ ਹੈ ਜਨਰੇਸ਼ਨ ਵਾਈਜ਼ ਅੱਜ ਦੇ ਮਦਰਹੁੱਡ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਕਿ ਦੋਵਾਂ ਮਦਰਹੁੱਡ ਦੇ ਵਿੱਚ ਫਰਕ ਹੈ ਜਨਰੇਸ਼ਨ ਵਾਈਜ਼ ਹਾਰਜਬ ਸਰਤ ਹੈਗਾ ਇਹ ਦੇਖੋ ਜਦੋਂ ਅਸੀਂ ਬੱਚੇ ਸੀ ਛੋਟੇ ਸੀ ਸਾंजे ਪਰਿਵਾਰ ਸੀਗੇ ਸਤਿ ਸ਼੍ਰੀ ਅਕਾਲ ਫਿਲਮੀ ਜੰਕਸ਼ਨ ਦੇਖਦੇ ਸਾਰੇ ਦਰਸ਼ਕਾਂ ਦਾ ਮੈਂ ਜਸਵੀ ਸਵਾਗਤ ਕਰਦੀ ਹਾਂ ਅੱਜ ਸਾਡੇ ਨਾਲ ਬੜੇ ਪਿਆਰੇ ਜਿਹੇ ਗੈਸਟ ਮੌਜੂਦ ਹੈ ਅਨੀਤਾ ਮੇਜ ਜੀ ਸਤਿ ਸ਼੍ਰੀ ਅਕਾਲ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਤੁਸੀਂ ਮੈਨੂੰ ਯਾਦ ਕੀਤਾ ਨਹੀਂ ਮੈਮ ਅਸੀਂ ਰੋਜ਼ ਹੀ ਤੁਹਾਨੂੰ ਯਾਦ ਕਰਦੇ ਹਾਂ ਕਿਵੇਂ ਹੋ ਮੈਂ ਠੀਕ ਹਾਂ ਹੋਪ ਤੁਸੀਂ ਵੀ ਠੀਕ ਹੋਵੋਗੇ ਬਹੁਤ ਵਧੀਆ ਸੋ ਅੱਜ ਮੈਂ ਤੁਹਾਡੇ ਨਾਲ ਜੋ ਮਕਸਦ ਤੁਹਾਨੂੰ ਮਿਲਣ ਦਾ ਹੈ ਨਾ ਅੱਜ ਇਹ ਹੈ ਕਿ ਮੈਂ ਤੁਹਾਡੇ ਨਾਲ ਮਦਰਹੁੱਡ ਤੇ ਗੱਲ ਕਰਨਾ ਚਾਹੁੰਦੀ ਹਾਂ ਤੁਸੀਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਕਿ ਤੁਸੀਂ ਮਦਰ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਂਦੇ ਹੋ ਸੋ ਤੁਹਾਡੇ ਲਈ ਮਦਰਹੁੱਡ ਕੀ ਹੈ ਮਮ ਹਰ ਔਰਤ ਦੇ ਅੰਦਰ ਇੱਕ ਮਾਂ ਹੈਗੀ ਹੈ ਹੈਨਾ ਸੋ ਮੇਰੇ ਲਈ ਮਦਰਹੁੱਡ ਦਾ ਮੀਨਿੰਗ ਹੈ ਪੂਰੀ ਕਾਇਨਾਤ ماں ਇੱਕ ਬਹੁਤ ਵੱਡਾ ਸਮੁੰਦਰ ਹੈ ਹੈਨਾ ਉਹਦੇ ਚ ਗੁੱਸਾ ਹੈ ਪਿਆਰ ਹੈ ਚਿੜਕਾਂ ਨੇ ਬਹੁਤ ਕੁਝ ਸਮਾਈ ਬੈਠੀ ਆਪਣੇ ਅੰਦਰ ਔਰ ਸੈਕਰੀਫਾਈਸਸ ਨੇ ਬਹੁਤ ਕੁਝ ਹੈ ਮਾਂ ਦੇ ਅੰਦਰ ਮਾਂ ਕਦੇ ਥੱਕਦੀ ਨਹੀਂ ਮਾਂ ਕਦੇ ਅੱਕਦੀ ਨਹੀਂ ਮਾਂ ਕਦੇ ਭੁੱਖੀ ਮਾਂ ਨੂੰ ਭੁੱਖੀ ਨਹੀਂ ਲੱਗਦੀ ਜਦ ਤੱਕ ਬੱਚਾ ਭੁੱਖਾ ਹੈ ਮਾਂ ਸੌ ਨਹੀਂ ਸਕਦੀ ਜਦ ਤੱਕ ਉਹਦਾ ਬੱਚਾ ਜਾਗਦਾ ਹੈ ਹੈਨਾ ਮਤਲਬ ਲੋਟਸ ਆਫ ਸੈਕਰੀਫਾਈਸਿਸ ਦਾ ਨਾਏ ਮਾਂ ਬਹੁਤ ਸਾਰੇ ਪਿਆਰ ਦਾ ਨਾਏ ਮਾਂ ਬਹੁਤ ਸਾਰੀਆਂ ਕੁਰਬਾਨੀਆਂ ਦਾ ਨਾਏ ਮਾਂ ਮਾਂ ਬਹੁਤ ਬਹੁਤ ਕੁਛ ਹੈ ਮਾਂ ਚ ਮਤਲਬ ਤੁਸੀਂ ਸਮੋ ਨਹੀਂ ਸਕਦੇ ਪੂਰੀ ਕਾਇਨਾਤ ਹੈ ਮਾਂ ਸੋ ਮੇਰੇ ਹਿੱਸੇ ਮਾਵਾਂ ਦੇ ਰੋਲ ਆਏ ਹੈ ਬੱਟ ਹੁਣ ਸਾਨੂੰ ਕੋਈ ਹੋਰ ਰੋਲ ਦਿੰਦਾ ਨਹੀਂ ਤੇ ਮਾਵਾਂ ਦੇ ਅਸੀਂ ਤਾਂ ਬਹੁਤ ਛੋਟੀ ਉਮਰ ਚ ਸੀਗੇ ਜਦੋਂ ਖੈਰ ਹਜੇ ਸਿਨੇਮਾ ਨਹੀਂ ਸੀ ਆਇਆ ਦੂਰਦਰਸ਼ਨ ਸੀ ਤਾਂ ਉਦੋਂ ਵੀ ਉੱਥੇ ਵੀ ਮਾਵਾਂ ਦੇ ਰੋਲ ਪਲੇ ਕਰਦੇ ਸੀ ਹਨਾ ਸੋ ਯੰਗੇਸ ਵੀ ਮਾਵਾਂ ਦੇ ਰੋਲ ਪਲੇ ਕਰਦੇ ਆਂ ਤੇ ਲੰਘੀ ਪਰ ਬਹੁਤ ਮਜ਼ਾ ਆਇਆ ਮਾਂ ਦਾ ਰੋਲ ਕਰਨ ਚ ਵੀ ਮਾਂ ਦੇ ਰੋਲ ਮਾਂ ਚ ਵੀ ਬਹੁਤ ਸ਼ੇਡਸ ਨੇ ਹਨਾ ਮੰ ਜਦੋਂ ਵੀ ਮਾਂ ਦਾ ਨਾਮ ਆਉਂਦਾ ਹੈ ਤਾਂ ਮਾਂ ਦੇ ਨਾਮ ਨਾਲ ਮਮਤਾ ਤਾਂ ਜੁੜੀ ਹੋਈ ਹੈ ਜਿਵੇਂ ਤੁਸੀਂ ਕਿਹਾ ਸੈਕਰੀਫਾਈਸਸ ਕੁਰਬਾਨੀਆਂ ਤਾਂ ਤੁਸੀਂ ਤੁਹਾਡੀ ਲਾਈਫ ਦੇ ਵਿੱਚ ਤੁਸੀਂ ਕਿੰਨੇ ਕਿ ਸੈਕਰੀਫਾਈਸ ਕੁਰਬਾਨੀਆਂ ਦਿੱਤੀਆਂ बिकॉज़ ਆਬਵੀਅਸਲੀ ਤੁਸੀਂ ਇੱਕ ਪ੍ਰੋਫੈਸ਼ਨਲ ਲਾਈਫ ਵੀ ਤੁਸੀਂ ਆਪਦੀ ਕਰਨੀ ਸੀ ਤੇ ਸਾਈਡ ਬਾਈ ਸਾਈਡ ਤੁਸੀਂ ਘਰ ਵੀ ਸੰਭਾਲਣਾ ਸੀ ਸੋ ਉਹ ਚੀਜ਼ ਕਿੰਨਾ ਕੁ ਤੁਹਾਡੇ ਲਈ ਰਿਹਾ ਅ ਰਜੀਵ ਔਰਤ ਨੂੰ ਦੇਖੋ ਜਦੋਂ ਬਾਹਰ ਨਿਕਲਦੀ ਹੈ ਤਾਂ ਆਪਣੇ ਸਾਰੇ ਡਿਊਟੀਆਂ ਪੂਰੀਆਂ ਕਰਕੇ ਬਾਹਰ ਨਿਕਲਦੀ ਹੈ ਆਈ ਥਿੰਕ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਫੈਮਿਲੀ ਇਹ ਹੈ ਉਹ ਕਹਿੰਦੀ ਹੈ ਕਿ ਤੂੰ ਬਾਹਰ ਕੰਮ ਕਰਦੀ ਹੈ ਤੂੰ ਘਰ ਦਾ ਰਹਿਣ ਦੇ ਇਹ ਐਕਸਟਰਾ ਹੈ ਜੇ ਅਸੀਂ ਬਾਹਰ ਆਪਣਾ ਕੋਈ ਸ਼ੌਕ ਪੂਰਾ ਕਰਨ ਲਈ ਜਾਂ ਆਪਣੀ ਕੋਈ ਡਿਊਟੀ ਪੂਰੀ ਕਰਨ ਲਈ ਆਪਣੀ ਜੌਬ ਕਰਨ ਲਈ ਨਿਕਲਦੇ ਹਾਂ ਤਾਂ ਸਾਡੀਆਂ ਜਿਹੜੀਆਂ ਘਰ ਦੀਆਂ ਜ਼ਿੰਮੇਵਾਰੀਆਂ ਉਹ ਉੱਥੇ ਹੀ ਨੇ ਉਹ ਘਟ ਨਹੀਂ ਹੁੰਦੀਆਂ ਉਹਨਾਂ ਨੂੰ ਅਸੀਂ ਡਿਨਾਏ ਕਰਕੇ ਬਾਹਰ ਨਹੀਂ ਨਿਕਲਦੇ ਉਹਨਾਂ ਨੂੰ ਪੂਰੀਆਂ ਕਰਕੇ ਫਿਰ ਅਸੀਂ ਬਾਹਰ ਨਿਕਲਦੇ ਆਂ ਸਾਨੂੰ ਉੱਥੇ ਕੋਈ ਐਕਸਕਿਊਜ਼ ਨਹੀਂ ਹੈਗਾ ਸੌਰੀ ਟੂ ਸੇ ਹੈਨਾ ਕੋਪਰੇਸ਼ਨ ਨਹੀਂ ਹੈ ਕੋਈ ਜਿਹੜਾ ਕੁਝ ਅਸੀਂ ਕਰਨਾ ਉਹ ਅਸੀਂ ਕਰਨਾ ਹੈ ਮੈਂ ਅਕਸਰ ਸੋਚਦੀ ਹੁੰਦੀ ਆ ਅਸੀਂ ਕਿਸੇ ਕਿਤੋਂ ਜਾ ਕੇ ਆੰਦੇ ਆ ਕੋਈ ਆਊਟਿੰਗ ਤੇ ਜਾਂ ਕਿਸੇ ਮੈਰਿਜ ਤੇ ਤਾਂ ਘਰ ਆੰਦੇ ਆ ਤਾਂ ਸਾਰੀ ਫੈਮਿਲੀ ਕੰਨੀ ਬਹੁਤ ਥੱਕ ਗਏ ਬਹੁਤ ਥੱਕ ਗਏ ਤੇ ਵਿੱਚ ਲੇਡੀ ਵੀ ਹੁੰਦੀ ਆ ਮਦਰ ਵੀ ਹੁੰਦੀ ਆ ਮੈਂ ਵੀ ਹੁੰਨੀ ਆ ਮੰਨ ਲਓ ਤੇ ਸਾਰੇ ਕਹਿਣਗੇ ਇੱਕ ਕੱਪ ਚਾਹ ਹੋ ਜਾਵੇ ਤਾਂ ਫੈਮਿਲੀ ਅਸੈਂਬਲੀ ਮੈਂਬਰਸ ਵੀ ਇਹ ਸਮਝਦੇ ਆ ਕਿ ਇਹ ਤਾਂ ਥੱਕੀ ਹੋਈ ਨਹੀਂ ਤੇ ਨਾ ਹੀ ਉਹਨੂੰ ਕਹਿਣ ਦਾ ਹੱਕ ਹੈ ਕਿ ਮੈਂ ਵੀ ਤਾਂ ਥੱਕ ਗਈ ਆ ਚਾ ਕੋਈ ਹੋਰ ਬਣਾ ਲਵੇ ਨਹੀਂ ਉਹਨੇ ਆਪਣੀ ਡਿਊਟੀ ਆ ਕੇ ਕਰਨੀ ਹੈ ਸ਼ਾਇਦ ਉਹਨੂੰ ਔਰਤ ਨੂੰ ਇਸ ਗੱਲ ਚ ਮਜ਼ਾ ਵੀ ਆਉਂਦਾ ਪਤਾ ਨਹੀਂ ਮੈਂ ਬਹੁਤ ਵਾਰ ਆਪਣੇ ਆਪ ਨਾਲ ਵੀ ਇਹ ਸਵਾਲ ਕਰਦੀ ਹੁੰਨੀ ਆ ਕਿ ਮਤਲਬ ਔਰਤ ਨੂੰ ਰੱਬ ਬਣਾ ਕੇ ਏਦਾਂ ਦੀ ਭੇਜਦਾ ਕਿ ਉਹ ਸਾਰਾ ਕੁਝ ਕਰਕੇ ਵੀ ਉਹ ਵੀ ਥੱਕੀ ਆ ਉਹ ਫਿਰ ਵੀ ਹੱਸ ਕੇ ਕਹਿੰਦੀ ਆ ਓਕੇ ਮੈਂ ਬਣਾਣੀ ਆ ਹੈਨਾ ਸੋ ਮੈਂ ਵੀ ਮੇਰੇ ਬੱਚੇ ਬਹੁਤ ਲੇਟ ਆਏ ਨੇ ਮੇਰੀ ਲਾਈਫ ਦੇ ਵਿੱਚ 28 ਸਾਲਾਂ ਬਾਅਦ ਮੇਰੇ ਘਰ ਬੇਬੀ ਹੋਏ ਨੇ ਤੇ ਬਟ ਉਹ ਨਹੀਂ ਸੀ ਤਾਂ ਵੀ ਉਹ ਹੈਗੇ ਸੀ ਹਨਾ ਉਦੋਂ ਵੀ ਮੈਨੂੰ ਮੈਂ ਛੋਟੀਆਂ-ਛੋਟੀਆਂ ਉਹਨਾਂ ਦੀਆਂ ਮੈਨੂੰ ਲੱਗਦਾ ਸੀ ਕਿ ਮੈਂ ਡਿਊਟੀਆਂ ਕਰਦੀਆਂ ਅਗਰ ਨਹੀਂ ਵੀ ਹੈਗੇ ਉਹ ਤਾਂ ਹਨਾ ਆਪਣੀ ਕਲਪਨਾ ਚ ਮੈਂ ਬਾਹਰ ਕੰਮ ਕਰਦੀ ਰਹੀ ਆ ਆਪਣੀਆਂ ਸਾਰੀਆਂ ਡਿਊਟੀਆਂ ਨਿਭਾ ਕੇ ਹੀ ਬਾਹਰ ਨਿਕਲਦੀ ਸੀ ਹੁਣ ਇਹ ਹੈ ਕਿ ਹੁਣ ਵੀ ਸੈਕਰੀਫਾਈਸ ਇਸ ਸੈਕਰੀਫਾਈਸ ਇਹ ਵੀ ਹੈ ਕਿ ਮੈਂ ਜੇ ਕੰਮ ਕਰਨ ਬਾਹਰ ਰਹੀਆਂ ਤਾਂ ਮੈਂ ਆਪਣੇ ਬੱਚਿਆਂ ਨੂੰ ਉਹ ਟਾਈਮ ਉਹਨਾਂ ਤੋਂ ਖੋ ਕੇ ਲੈ ਕੇ ਬਾਹਰ ਕੰਮ ਕਰ ਰਹੀਆਂ ਇਹ ਵੀ ਮੈਨੂੰ ਤਕਲੀਫ ਦਿੰਦੀ ਹੈ ਗੱਲ ਪਰ ਇਹ ਮੇਰਾ profession ਹੈ ਮੈਂ ਕੰਮ ਤਾਂ ਕਰ ਨਹੀਂ ਹੈ ਹੈਨਾ ਤੇ ਸੋ ਸੈਕਰੀਫਾਈਸਸ ਤਾਂ ਔਰਤ ਨੂੰ ਹਰੇਕ ਕਦਮ ਤੇ ਕਰਨੇ ਹੀ ਪੈਂਦੇ ਆ ਸ਼ਾਇਦ ਜਿਹੜੀ ਔਰਤ ਨਹੀਂ ਕਰਦੀ ਉਹਦਾ ਫਿਰ ਬੈਲੈਂਸ ਨਹੀਂ ਹੋ ਪਾਂਦਾ ਘਰ ਦੇ ਵਿੱਚ ਹੈਨਾ ਉਹ ਕਿਤੇ ਨਾ ਕਿਤੇ ਆਪਣੀ ਫੈਮਿਲੀ ਤੋਂ ਕਿਤੇ ਨਾ ਕਿਤੇ ਥੋੜਾ ਦੂਰ ਵੀ ਹੋ ਜਾਂਦੀ ਹੋਏਗੀ ਮੈਨੂੰ ਲੱਗਦਾ ਸੋ ਇਹ ਬੈਲੈਂਸ ਬਣਾ ਕੇ ਚੱਲਣਾ ਹੀ ਪੈਂਦਾ ਲਾਈਫ 'ਚ ਔਰ ਇਹਦੇ ਵਿੱਚ ਹੀ ਮਜ਼ਾ ਇਹ ਹੀ ਗਰਸਤੀ ਹੈ ਹੈਨਾ ਮੈਮ ਮਮਤਾ ਤਾਂ ਹੋਗੀ ਇਹ ਕੱਢ ਗੱਲ ਸੈਕਰੀਫਾਈਜ਼ ਹੋ ਗਿਆ ਅੱਡ ਗੱਲ ਇੱਕ ਹੁੰਦੀ ਏ ਕਿ ਨਾ ਔਰਤ ਨੂੰ ਆਪਦੇ ਬਹੁਤ ਸ਼ੌਂਕ ਵੀ ਮਾਰਨੇ ਪੈਂਦੇ ਆ आ, मतलब ये ਹੁੰਦਾ ਹੈ ਨਾ ਕੁੜੀ ਦੀ ਲਾਈਫ ਦੇ ਵਿੱਚ ਹੁੰਦਾ ਹੈ ਕਿ ਵਿਆਹ ਤੋਂ ਪਹਿਲਾਂ ਕਈ ਵਾਰ ਥੋੜਾ ਜਿਹਾ ਪੈਰੈਂਟਸ ਰਿਸਟ੍ਰਿਕਸ਼ਨਸ ਲਾ ਦੰਦੇ ਐ ਕਿ ਇਹ ਚੀਜ਼ ਵਿਆਹ ਤੋਂ ਬਾਅਦ ਹੋਣੀ ਐ ਵਿਆਹ ਤੋਂ ਬਾਅਦ ਫਿਰ ਤੁਹਾਨੂੰ ਨਹੀਂ ਪਤਾ ਤੁਹਾਡੇ ਸਹੁਰੇ ਕਿੱਦਾਂ ਦੇ ਹੁੰਦੇ ਐ ਤਾਂ ਇੱਕ ਇੱਕ ਨਾ ਚੀਜ਼ ਹੁੰਦੀ ਕਿ ਸਾਨੂੰ ਕੁੜੀਆਂ ਨੂੰ ਨਾ ਬਹੁਤ ਸ਼ੌਂਕ ਮਾਰਨੇ ਪੈਂਦੇ ਐ ਤੇ ਮਾਂ ਤੋਂ ਬਾਅਦ ਮਾਂ ਬਣਨ ਤੋਂ ਬਾਅਦ ਤਾਂ ਇੰਨੀ ਜ਼ਿਆਦਾ ਰਿਸਪੌਂਸਿਬਿਲਟੀਜ਼ ਹੋ ਜਾਂਦੀਆਂ ਨਾ ਕਿ ਸ਼ਾਇਦ ਉਹ ਸੁਪਰ ਔਮਨ ਵਾਲੀ ਐ ਲੱਗਦੀ ਐ ਨਹੀਂ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਤੁਹਾਡੇ ਨਾਲ ਜਦੋਂ ਅਸੀਂ ਮਾਪਿਆਂ ਦੇ ਘਰ ਹੁੰਦੇ ਆਂ ਭਾਵੇਂ ਉੱਥੇ ਸਾਨੂੰ ਕਿੰਨੀ ਵੀ ਆਜ਼ਾਦੀ ਹੋਵੇ ਉੱਥੇ ਬਹੁਤ ਗੱਲਾਂ ਤੋਂ ਸਾਨੂੰ ਰੋਕਿਆ ਜਾਂਦਾ ਤੇ ਸਾਨੂੰ ਰੁਕਣਾ ਵੀ ਪੈਂਦਾ ਏ ਕਿਉਂਕਿ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ ਹਾਂ ਔਰਤ ਹਮੇਸ਼ਾ ਆਪਣੇ ਚਾ ਮਾਰਦੀ ਏ ਉਹ ਆਪਣੇ ਸਾਰੇ ਚਾ ਪੂਰੇ ਨਹੀਂ ਕਰ ਸਕਦੀ ਠੀਕ ਹੈ ਅਗਰ ਹਸਬੰਡ ਚੰਗਾ ਵੀ ਹੈ ਤਾਂ ਵੀ ਅਗਰ ਕਦੇ ਉਹ ਕਹਿੰਦੀ ਏ ਵੀ ਚਲੋ ਆਪਣੇ ਚਾ ਨੂੰ ਆਪ ਹੀ ਕਹਿ ਦਿੰਦੀ ਏ ਚੱਲੇ ਫਜ਼ੂਲ ਖਰਚੀਏ ਛੱਡ ਪਰੇ ਹਣਾ ਉਹ ਆਪਣੇ ਫੈਮਿਲੀ ਨੂੰ ਪ੍ਰਾਇੋਰਟੀ ਦਿੰਦੀ ਹੈ ਕਿ ਨਹੀਂ ਮੈਂ ਇਹ ਜਿਹੜਾ ਆਪਣੇ ਤੇ ਖਰਚ ਕਰਾਂਗੀ ਇਹ ਮੇਰੇ ਘਰ ਲਈ ਕੰਮ ਆਊਗਾ ਮੇਰੇ ਬੱਚਿਆਂ ਲਈ ਕੰਮ ਆਊਗਾ ਮੇਰੇ ਪਤੀ ਲਈ ਕੰਮ ਆਊਗਾ ਸਾਡੇ ਹੁੰਦਾ ਕਿ ਅਸੀਂ ਮੈਂ ਘਰ ਬਣਾਣਾ ਹੈ ਹਨਾ ਮੈਂ ਆ ਕਰਨਾ ਮੈਂ ਕਿਹਾ ਸਾਡੀਆਂ ਜ਼ਰੂਰਤਾਂ ਅੱਜਕਲ ਮਸਾਂ ਪੂਰੀਆਂ ਹੁੰਦੀਆਂ ਨਾ ਤੇ ਦੈਟਸ ਵਾਈ ਜੇ ਕੋਈ ਹੋਰ ਨਹੀਂ ਆਈ ਥਿੰਕ ਮਤਲਬ ਇਹ ਸੋਚਦਾ ਤੌਰ ਤੇ ਤਾਂ ਬਿਲਕੁਲ ਸੋਚਦੀ ਹੋਈ ਹੈ ਬਾਕੀ ਹਰ ਥਾਂ ਦੇ ਉੱਤੇ ਆਪਣੇ ਸ਼ੌਕ ਤਾਂ ਮਾਰਨੇ ਪੈਂਦੇ ਆ ਉਹਨਾਂ ਨੂੰ ਇਹ ਹੁੰਦਾ ਕਿ ਚਲ ਇੰਨਾ ਕੁ ਪੂਰਾ ਕਰ ਲੈਣੀ ਹੈ ਇਹ ਹੀ ਬਾਤ ਹੈ ਹਨਾ ਜੇ ਸੋਚਿਆ ਜਾਵੇ ਕਿ ਇਹ ਨਹੀਂ ਹੁੰਦਾ ਕਿ ਉਹਦੇ ਕੋਲ ਹੈ ਨਹੀਂ ਸੁਵਿਧਾ ਉਹ ਕਰ ਨਹੀਂ ਸਕਦੀ ਪਰ ਉਹਦੀ ਨੇਚਰ 'ਚ ਸ਼ਾਮਿਲ ਹੋ ਜਾਂਦਾ ਕਿ ਨਹੀਂ ਚਲ ਛੱਡ ਕੀ ਹੈ 2 ਮਿੰਟ ਲਈ ਮੈਂ ਇਹ ਕਿਉਂ ਖਰਾਬ ਕਰਨਾ ਹੈ ਪੈਸਾ ਜਾਂ ਟਾਈਮ ਜਾਂ ਕੁਝ ਵੀ ਜਿੱਦਾਂ ਦਾ ਵੀ ਉਹਦਾ ਸ਼ੌਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਬਹੁਤ ਕੁਝ ਆਪਣੇ ਅੰਦਰ ਰੱਖ ਲੈਣਾ ਪੈਂਦਾ ਹੈ ਹਨਾ ਸ਼ਾਇਦ ਉਹ ਜ਼ਰੂਰੀ ਹੈ ਪਤਾ ਨਹੀਂ ਸ਼ਾਇਦ ਨਹੀਂ ਵੀ ਜ਼ਰੂਰੀ ਪਰ ਮੈਂ ਵੀ ਤੁਹਾਡੇ ਵਰਗੀ ਹੋਈਆਂ ਮੈਂ ਵੀ ਰੱਖਦੀਆਂ ਮੈਂ ਨਾ ਮਤਲਬ ਜਿਵੇਂ ਹੁਣ ਮੇਰਾ ਬ੍ਰਦਰ ਹੈ ਮੈਂ ਆ ਤੇ ਮੇਰੀ ਮਮ ਨੇ ਨਾ ਕਦੇ ਵੀ ਮਤਲਬ ਐ ਨਹੀਂ ਫਰਕ ਨਹੀਂ ਕੀਤਾ ਸਾਡੇ ਵਿੱਚ ਮਤਲਬ ਕਹਿ ਲਓ ਪਿਆਰ ਨਾਲ ਵਗਾੜਿਆ ਬਹੁਤ ਹੈ ਅਸੀਂ ਵਿਗੜੇ ਵੀ ਬਹੁਤ ਆ ਕਿ ਅਗਰ ਸਾਨੂੰ ਚੀਜ਼ ਚਾਹੀਦੀ ਹੈ ਤਾਂ ਚਾਹੀਦੀ ਹੈ ਤਾਂ ਤੁਸੀਂ ਕਿੱਦਾਂ ਦੇ ਮੰਗੋ ਤੁਸੀਂ ਵੀ ਵਗਾੜਿਆ ਹੈ ਉਹਦੇ ਬੱਚਿਆਂ ਨੂੰ ਮੇਰੇ ਕਿਡਜ਼ ਹੋ ਜੇ ਛੋਟੇ ਆ ਪਰ ਜਿਵੇਂ ਤੁਸੀਂ ਕਹੇ ਤੁਹਾਡੇ ਮਮਾ ਨੇ ਤੁਹਾਨੂੰ ਵਗਾੜਿਆ ਮੇਰੇ ਫਾਦਰ ਸਾਹਿਬ ਨੇ ਸਾਨੂੰ ਮਤਲਬ ਅਸੀਂ ਦੋ ਸਿਸਟਰ ਦੋ ਬ੍ਰਦਰ ਹਾਂ ਮੇਰੇ ਫਾਦਰ ਸਾਹਿਬ ਨੇ ਸਾਨੂੰ ਕੁੜੀਆਂ ਨੂੰ ਬਹੁਤ ਵਗਾੜਿਆ ਮਤਲਬ ਉਹਨਾਂ ਨੇ ਸਾਨੂੰ ਪੁੱਤਾਂ ਤੋਂ ਵੱਧ ਕੇ ਪਾਲਿਆ ਮੈਂ ਇੰਨੀ ਵੱਡੀ ਵੀ ਜਾ ਕੇ ਉਹਨਾਂ ਦੀ ਗੋਦੀ 'ਚ ਬੈਠ ਜਾਂਦੀ ਸੀ ਉਹ ਮੈਨੂੰ ਗੋਦੀ 'ਚ ਬਿਠਾ ਕੇ ਹੱਕ ਕਰ ਲੈਂਦੀ ਸੀ ਹੈਨਾ ਤੇ ਮੈਨੂੰ ਕਦੇ ਨਹੀਂ ਲੱਗਿਆ ਵੀ ਉਹਨਾਂ ਨੇ ਮੇਰੇ ਭਰਾਵਾਂ ਨੂੰ ਜ਼ਿਆਦਾ ਪਿਆਰ ਦਿੱਤਾ ਤੇ ਸਾਨੂੰ ਘੱਟ ਤੇ ਉਹਦੇ ਵਿੱਚ ਅਸੀਂ ਥੋੜਾ ਜਿਹਾ ਵਿਗੜੀਆਂ ਵੀ ਹੈਨਾ ਥੋੜਾ ਜਿਹਾ ਸਾਨੂੰ ਇਹ ਲੱਗਦਾ ਕਿ ਪਾਪਾ ਤਾਂ ਸਾਡੀ ਹਰ ਗੱਲ ਮੰਨਣਗੇ ਡੈਡੀ ਤਾਂ ਹੈਨਾ ਸੋ ਇਹ ਜ਼ਰੂਰੀ ਵੀ ਹੈ ਹੈਨਾ ਬੱਚਿਆਂ 'ਚ ਫਰਕ ਨਹੀਂ ਰੱਖਿਆ ਜਾਣਾ ਚਾਹੀਦਾ ਕੁਝ ਗੱਲਾਂ ਹੈਗੀਆਂ ਜਿੱਥੇ ਆਟੋਮੈਟਿਕਲੀ ਫਰਕ ਹੋ ਵੀ ਜਾਂਦਾ ਹੈ ਕਈ ਵਾਰ ਹੁਣ ਮੇਰੇ ਕਿਡਸ ਹੈ ਦੋਨੋਂ ਟਵਿਨਸ ਨੇ ਹਨਾ ਤੇ ਮੈਂ ਮੰਨ ਲਓ ਮੈਂ ਤੁਹਾਨੂੰ ਆਪਣੇ ਛੋਟੇ ਜਿਹੇ ਵਾਕਿਆ ਸੁਣਾਉਂਦੇ ਮੇਰੀ ਬੇਟੀ ਪਰਸੋਂ ਮੈਨੂੰ ਕਹਿੰਦੀ ਮੈਂ ਬਹੁਤ ਬਾਹਵੂਕ ਹੋ ਗਈ ਤੇ ਅੱਜ ਮੈਂ ਲੈ ਕੇ ਵੀ ਜਾਣਾ ਉਹਦੇ ਲਈ ਤੇ ਮੈਂ ਜਿਵੇਂ ਪਹਿਲਾਂ ਛੋਟਾ ਸਾਈਕਲ ਖਰੀਦਿਆ ਤੇ ਟਵਿਨਸ ਨੇ ਮੈਨੂੰ ਹੁੰਦਾ ਵੀ ਇੱਕ ਲੈ ਲਓ ਕਿਉਂਕਿ ਘਰ ਚ ਲੋਟਸ ਆਫ ਟੌਇਜ਼ ਹੋ ਜਾਂਦੇ ਆ ਤੋੜ ਤੋੜ ਕੇ ਸੁੱਟੀ ਜਾਂਦੇ ਆ ਹਨਾ ਤੇ ਮੈਂ ਉਹਨਾਂ ਲਈ ਛੋਟਾ ਲਿੱਤਾ ਫਿਰ ਉਸ ਤੋਂ ਵੱਡਾ ਲਿੱਤਾ ਫਿਰ ਤਿੰਨ ਸਾਈਕਲ ਆਲਰੇਡੀ ਹੋ ਗਏ ਇੱਕ ਟਰੈਕਟਰ ਤੇ ਆ ਪਤਾ ਨਹੀਂ ਕੀ ਕੁਛ ਹੋ ਲੈਂਦਾ ਇੱਕ ਕਾਰ ਇੱਕ ਜਹਾਜ਼ ਇਹ ਮਤਲਬ ਐਦਾਂ ਬਲਕ ਦੇ ਵਿੱਚ ਖਡਾਉਣੇ ਆਉਂਦੇ ਆ ਤੇ ਮੇਰੀ ਬੇਟੀ ਮੈਨੂੰ ਸਵਾਲ ਪੁੱਛ ਰਹੀ ਹੈ ਵੀ ਮੰਮਾ ਤੁਸੀਂ ਮੈਨੂੰ ਨਿਊ ਸਾਈਕਲ ਕਿਉਂ ਨਹੀਂ ਲੈ ਕੇ ਦਿੱਤਾ ਤੁਸੀਂ ਜੋ ਵੀ ਲੈ ਕੇ ਦਿੰਦੇ ਹੋ ਨਾਇਆਬ ਨੂੰ ਹੀ ਲੈ ਕੇ ਦਿੰਦੇ ਹੋ ਜਿਹੜਾ ਉਹਦਾ ਪੁਰਾਣਾ ਹੋ ਜਾਂਦਾ ਉਹ ਤੁਸੀਂ ਮੈਨੂੰ ਦੇ ਦਿੰਦੇ ਹੋ ਔਰ ਮੈਂ ਵਕੀ ਕੀਤਾ ਵੀ ਹਾਂ ਕਿਉਂਕਿ ਉਹ ਮੁੰਡਾ ਹੈ ਉਹ ਹਰ ਇੱਕ ਦੇ ਉੱਤੇ ਪਹਿਲਾਂ ਕਬਜ਼ਾ ਕਰ ਲੈਂਦਾ ਹੈ ਹੈਨਾ ਤੇ ਮੈਂ ਮਹਿਸੂਸ ਕੀਤਾ ਜਦ ਕਿ ਮੈਂ ਆਪਣੇ ਵੱਲੋਂ ਕੋਈ ਉਹਨਾਂ 'ਚ ਫਰਕ ਨਹੀਂ ਰੱਖਦੀ ਪਰ ਉਹਨੇ ਇੰਨੀ ਕਿ ਬੱਚੀ ਆ ਉਹ 3.5 ਸਾਲ ਦੀ ਉੱਤੇ ਉਹਨੇ ਕਿਹਾ ਕਿ ਮੰਮਾ ਤੁਸੀਂ ਮੈਨੂੰ ਕੁਝ ਵੀ ਨਿਊ ਨਹੀਂ ਲੈ ਕੇ ਦਿੰਦੇ ਤੇ ਮੈਂ ਇੰਨੀ ਕੁ ਭਾਵੁਕ ਹੋ ਗਈ ਤੇ ਮੈਂ ਕਿਹਾ ਵੀ ਮੈਂ ਤੈਨੂੰ ਹੁਣ ਕੱਲ ਮੈਂ ਚਾਹੇ ਇੱਕ ਹੋਰ ਐਕਸਟਰਾ ਸਾਈਕਲ ਆ ਜਾਵੇ ਤੇ ਮੈਂ ਤੈਨੂੰ ਲਿਆ ਕੇ ਦਵਾਂਗੀ ਸੋ ਮਤਲਬ ਮਾਪਿਓ ਤਾਂ ਨਹੀਂ ਰੱਖਦੇ ਪਰ ਕਿਤੇ ਨਾ ਕਿਤੇ ਬੱਚੇ ਦੇ ਮਨ 'ਚ ਇਹ ਆਉਣਾ ਵੀ ਨਹੀਂ ਚਾਹੀਦਾ ਹਾਂ ਇਹ ਮੈਨੂੰ ਲੱਗਦਾ ਆਉਣਾ ਨਹੀਂ ਚਾਹੀਦਾ ਇਹ ਮੇਰੀ ਨਲਾਇਕੀ ਹੈ ਮੇਰੀ ਗਲਤੀ ਹੈ ਕਿ ਮੇਰੇ ਬੱਚੇ ਨੇ ਇਦਾਂ ਮਹਿਸੂਸ ਕਿਉਂ ਕੀਤਾ ਦੇਖੋ ਕੁੜੀਆਂ ਤਾਂ ਅੱਜਕੱਲ ਮੁੰਡਿਆਂ ਤੋਂ ਵੀ ਜ਼ਿਆਦਾ ਅੱਗੇ ਨੇ ਹਨਾ ਤੇ ਜ਼ਿਆਦਾ ਪਿਆਰ ਲੈਂਦੀਆਂ ਜ्यादा ਕੇਅਰ ਕਰਦੀਆਂ ਨੇ ਹਾਂ ਔਰ ਮੰਨ ਵੀ ਜਾਂਦੀਆਂ ਚਲੋ ਕੋਈ ਨਾ ਮੰਮਾ ਹਨਾ ਐਸਾ ਤਾਂ ਹੁੰਦਾ ਹੀ ਹੈ ਮੇਰੀ ਬੇਟੀ ਕਹਿੰਦੇ ਕੋਈ ਨਾ ਮੰਮਾ ਐਸਾ ਹੋ ਜਾਂਦਾ ਹੈ ਸੋ ਸਾਨੂੰ ਬੀਿੰਗ ਅ ਮਮ ਨਹੀਂ ਕਰਨਾ ਚਾਹੀਦਾ ਹਨਾ ਧੀਆ ਤਾਂ ਥੋੜੀ देर ਸਾਡੇ ਕੋਲ ਨੇ ਫਿਰ ਉਹਨਾਂ ਨੇ ਆਪਣੇ ਸਹੁਰੇ ਚਲੇ ਜਾਣਾ ਹੁੰਦਾ ਤੇ ਪਤਾ ਨਹੀਂ ਬੇਗਾਨੇ ਕਿਹੋ ਜੇ ਮਿਲਦੇ ਆ ਸੋ ਉਹਨਾਂ ਦੇ ਤਦ ਵੱਦ ਤਦ ਲਾਡ ਪੂਰੇ ਕਰਨੇ ਚਾਹੀਦੇ ਆ ਪੁੱਤ ਤਾਂ ਫੇਰ ਵੀ ਮਾਪਿਆਂ ਕੋਲ ਰਹਿੰਦੇ ਆ ਤੇ ਅਸੀਂ ਸਾਰਾ ਕੁਝ ਪੁੱਤਾਂ ਨੂੰ ਹੀ ਦੇਣਾ ਹੁੰਦਾ ਇਹ ਵੀ ਟ੍ਰੈਡੀਸ਼ਨ ਗਲਤ ਹੈ ਦੋਨਾਂ ਨੂੰ ਦੋਹਾਂ ਹਾਫ ਹਾਫ ਦੇਣਾ ਚਾਹੀਦਾ ਤੇ ਮੈਂ ਸੋਚਦੀ ਆ ਮੈਂ ਤਾਂ ਹੁਣੇ ਹੀ ਮਤਲਬ ਜੋ ਵੀ ਮੇਰੇ ਕੋਲ ਤਿਲ ਫੁੱਲ ਹੈ ਤੇ ਮੈਂ ਹੁਣ ਤੋਂ ਹੀ ਮਤਲਬ ਮੈਂ ਕਿਹਾ ਹੋਇਆ ਕਿ ਮੈਂ ਅੱਧਾ ਅੱਧਾ ਦੋਨਾਂ ਦਾ ਹੋਊਗਾ ਜਦੋਂ ਵੀ ਹੋਊਗਾ ਹਾਂ ਸੋ ਬਹੁਤ ਵਧੀਆ ਗੱਲ ਹੈ ਪਰ ਆਪਾਂ ਅਗਰ ਜਨਰੇਸ਼ਨ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਮਦਰਹੁੱਡ ਵੈਸੇ ਤਾਂ ਮਾਂ ਦਾ ਪਿਆਰ ਕਦੇ ਬਦਲਦਾ ਨਹੀਂ ਹੈ ਕਦੇ ਉਹਨੂੰ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਦੇ ਲਫ਼ਜ਼ਾਂ ਦੇ ਵਿੱਚ ਆਪਾਂ ਪਰ ਅਗਰ ਮਦਰਹੁੱਡ ਆਪਾਂ ਪਹਿਲਾਂ ਦੇ ਟਾਈਮ ਦੀ ਗੱਲ ਕਰੀਏ ਤਾਂ ਅੱਜ ਦੇ ਮਦਰਹੁੱਡ ਦੀ ਗੱਲ ਕਰੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਦੋਵਾਂ ਮਦਰਹੁੱਡ ਦੇ ਵਿੱਚ ਫਰਕ ਹੈ ਜਨਰੇਸ਼ਨ ਵਾਈਜ਼ ਹਾਂ ਰਜੀਬ ਫਰਕ ਤਾਂ ਹੈਗਾ ਇਹ ਦੇਖੋ ਜਦੋਂ ਅਸੀਂ ਬੱਚੇ ਸੀ ਛੋਟੇ ਸੀ ਸਾਂਝੇ ਪਰਿਵਾਰ ਸੀਗੇ ਅ ਮੈਨੂੰ ਨਹੀਂ ਸਾਰਿਆਂ ਦਾ ਪਤਾ ਮੈਨੂੰ ਆਪਣਾ ਪਤਾ ਤਾਂ ਮੇਰੇ ਮੰਮਾ ਨੇ ਮੈਨੂੰ ਨਹੀਂ ਲੱਗਦਾ ਕਦੇ ਸਾਨੂੰ ਸੰਭਾਲਿਆ ਹੋਗਾ ਸਾਂਝਾ ਪਰਿਵਾਰ ਸੀ ਦਾਦੀ ਕੋਲ ਪਲ ਗਏ ਹਨਾ ਚਾਚੀਆਂ ਤਾਈਆਂ ਕੋਲ ਪਲ ਗਏ ਕਿਹਦੇ ਕਿਸੇ ਕੋਲ ਵੀ ਖਾਣਾ ਖਾ ਲਿਆ ਮਤਲਬ ਮਾਂ ਨੂੰ ਫਿਕਰ ਨਹੀਂ ਸੀ ਹੁੰਦਾ ਮੇਰੇ ਬੱਚੇ ਨੇ ਖਾਣਾ ਖਾਧਾ ਕਿ ਨਹੀਂ ਖਾਧਾ ਕਿਉਂਕਿ ਉਹ ਤੁਰਦਾ ਫਿਰਦਾ ਬੁਰਕੀ 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 ਕਰਦਾ ਸਭ ਤੋਂ ਲੈ ਲੈਂਦਾ ਸੀ ਬਹੁਤ ਜ਼ਿਆਦਾ ਅਟੈਨਸ਼ਨ ਨਹੀਂ ਸੀ ਦਿੱਤੀ ਜਾਂਦੀ ਸਾਂਝੇ ਪਰਿਵਾਰ ਚ ਬੱਚੇ ਐਦਾਂ ਹੀ ਪਲ ਜਾਂਦੇ ਸੀਗੇ ਨਾ ਤੇ ਸਾਡੇ ਮਦਰ ਨੇ ਦਿੱਤਾ ਵੀ ਨਹੀਂ ਪਰ ਇਹ ਨਹੀਂ ਕਿ ਉਹ ਸਾਨੂੰ ਲਾਡ ਨਹੀਂ ਸੀ ਕਰਦੇ ਕਿਉਂਕਿ ਉਹ ਘਰ ਦੀਆਂ ਜ਼ਿੰਮੇਵਾਰੀਆਂ ਇੰਨੀਆਂ ਸਭ ਤੋਂ ਵੱਡੇ ਸੀ ਜਿਵੇਂ ਮੇਰੇ ਮਦਰ ਘਰ ਚ ਸਾਰੀਆਂ ਦਰਾਂਣੀਆਂ ਜਠਾਣੀਆਂ ਚ ਆਪਣੇ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਕਰਦੇ ਉਹਨਾਂ ਨੇ ਲਾਈਫ ਬਿਤਾ ਦਿੱਤੀ ਉਹਨਾਂ ਨੇ ਸਪੈਸ਼ਲ ਅਟੈਂਸ਼ਨ ਆਪਣੇ ਬੱਚਿਆਂ ਨੂੰ ਨਹੀਂ ਦਿੱਤੀ ਹਨਾ ਪਰ ਹੁਣ ਜਿਵੇਂ ਅਸੀਂ ਆ ਸਾਨੂੰ ਇੱਕ ਇੱਕ ਪਲ ਤੇ ਉੱਤੇ ਆਪਣੇ ਬੱਚਿਆਂ ਨੂੰ ਅਟੈਂਸ਼ਨ ਦੇਣੀ ਪੈਂਦੀ ਹੈ ਉਹ ਮੰਗਦੇ ਨੇ ਇਸ ਜਨਰੇਸ਼ਨ ਦੇ ਵਿੱਚ ਉਹ YouTube ਤੋਂ ਇੰਨੇ ਛੋਟੇ ਨੇ ਜਾਂ TV ਤੋਂ ਇੰਨੇ ਸਿੱਖ ਗਏ ਨੇ ਉਹ ਆਟੋਮੈਟਿਕਲੀ ਸਾਡੇ ਤੋਂ ਅਟੈਂਸ਼ਨ ਲੈਂਦੇ ਨੇ ਮਮਾ ਥੋੜਾ ਜਿਹਾ ਮੈਂ ਆਪਣੇ ਆਪ ਦੇ ਵਿੱਚ ਗੁੱਸੇ 'ਚ ਜਾਂ ਮੈਂ ਇਰੀਟੇਟ ਹੋ ਰਹੀ ਹਾਂ ਕਿ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਤਾਂ ਉਹ ਮੈਨੂੰ ਕਹਿਣਗੇ ਮਮਾ ਅਪਸੈਡ ਕਿਉਂ ਬੀ ਹੈਪੀ ਹੈ ਨਾ ਆਪ ਹੈਪੀ ਹੋ ਕੇ ਦਿਖਾਓ ਫਿਰ ਉਹ ਮੈਨੂੰ ਐਕਸਪ੍ਰੈਸ਼ਨ ਦਿੰਗੇ ਐਸੇ ਹੈਪੀ ਹੋ ਉਹ ਮਤਲਬ ਹੁਣ ਦੀ ਜਨਰੇਸ਼ਨ ਜਿਹੜੀ ਆ ਉਹ ਸਾਡੇ ਟਾਈਮਸ ਜਨਰੇਸ਼ਨ ਨਾਲੋਂ ਬਹੁਤ ਅੱਗੇ ਹੈ ਉਹ ਛੋਟੇ ਹੁੰਦੇ ਵੀ ਬਹੁਤ ਕੁਝ ਮਹਿਸੂਸ ਮਹਿਸੂਸ ਕਰਦੇ ਨੇ ਤੇ ਸਾਨੂੰ ਵੀ ਕਨਵਿੰਸ ਕਰਦੇ ਨੇ ਉਹ ਆਰਗੂ ਕਰਦੇ ਨੇ ਅਸੀਂ ਲੋਕੀ ਤਾਂ ਕੋਈ ਆਰਗੂ ਨਹੀਂ ਕਰਦੇ ਸਾਨੂੰ ਪਤਾ ਹੀ ਨਹੀਂ ਸੀ ਕਿਵੇਂ ਵੱਡੇ ਹੋਗੇ ਹੈ ਨਾ ਸੋ ਨੇਚਰਲੀ ਅੱਜ ਦੀ ਮਦਰਹੂਡ ਜਿਹੜੀ ਆ ਉਹ ਉਹਦੇ ਨਾਲੋਂ ਅਲੱਗ ਏ ਉਹਨੂੰ ਪੈਰ ਪੈਰ ਤੇ ਅੱਜ ਕਦੇ ਬੱਚਿਆਂ ਨੂੰ ਨੂੰ ਥੋੜੀ ਥੋੜੀ ਦੇਰ ਤੇ ਟੈਨਸ਼ਨ ਦੀ ਲੋੜ ਹੈ ਬਹੁਤ ਹੈ ਟੈਨਸ਼ਨ ਦੀ ਲੋੜ ਹੈ ਉਹ ਸਾਡੇ ਤੋਂ ਬਹੁਤ ਅੱਗੇ ਨੇ ਹੋਣਾ ਹੀ ਇਸ ਉਮਰ 'ਚ ਵੀ ਮੈਂ ਇੱਥੇ ਮੇਰਾ ਇਹ ਸਵਾਲ ਹੈ ਜਿਵੇਂ ਤੁਸੀਂ ਕਿਹਾ ਕਿ ਅੱਜ ਕੱਲ ਦੇ ਬੱਚਾ ਨੂੰ ਅਟੈਨਸ਼ਨ ਦੀ ਲੋੜ ਹੈ ਬਟ ਅਗਰ ਅੱਜ ਦੇ ਮਦਰਸ ਦੀ ਗੱਲ ਕਰੀ ਤਾਂ ਵਰਕਿੰਗ ਵੀ ਹੈ ਸੌਰੀ ਮੈਂ ਮਤਲਬ ਇਹ ਨਹੀਂ ਕਹਿ ਰਹੀ ਕਿ ਮਦਰਸ ਪਿਆਰ ਨਹੀਂ ਕਰਦੀ ਬਟ ਇੱਕ ਹੁੰਦਾ ਨਾ ਮਤਲਬ ਕਹਿ ਲਓ ਕਿ ਪਹਿਲਾਂ ਦੀ ਮਾਵਾਂ ਦੇ ਵਿੱਚ ਨਾ ਜਾਂ ਪੁਰਾਣੇ ਟਾਈਮ ਦੇ ਬਜ਼ੁਰਗਾਂ ਨੇ ਐਦਾਂ ਸਿਖਾਇਆ ਹੋਇਆ ਸੀ ਕਿ ਮਾਵਾਂ ਦੇ ਵਿੱਚ ਸਬਰ ਬਹੁਤ ਹੁੰਦਾ ਸੀ ਬਹੁਤ ਪੇਸ਼ੈਂਸ ਹੁੰਦੀ ਸੀ ਤੇ ਅੱਜ ਕੱਲ ਦੇ ਐਦਾਂ ਹੁੰਦਾ ਪੇਸ਼ੈਂਸ ਇੰਨੀ ਜਲਦੀ ਟੁੱਟ ਜਾਂਦਾ ਹੈ ਕਿ ਬੱਚਿਆਂ ਨੂੰ ਖੜਾਉਣ ਦੇ ਬਜਾਏ ਫੋਨ ਫੜਾ ਦਿੰਦੇ ਆ ਕਿ ਕਾਰਟੂਨ ਦੇਖ ਲਓ ਮੈਨੂੰ ਤੰਗ ਨਾ ਕਰੋ ਇਹ ਚੀਜ਼ ਮੈਂ ਮੈਂ ਆਬਜ਼ਰਵ ਵੀ ਕੀਤੀ ਹੈ चीज ਬਹੁਤ ਹੁੰਦੀ ਹੈ ਬਿਲਕੁਲ ਬਿਲਕੁਲ ਦੇਖੋ ਮੈਂ ਵੀ ਮੈਂ ਵਰਕਿੰਗ ਆ ਹਨਾ ਤੁਹਾਨੂੰ ਪਤਾ ਹੀ ਐ ਤੇ ਮੇਰੇ ਬੇਵੀ ਜਦੋਂ ਹੋਏ ਤਾਂ ਮੈਂ ਫੁੱਲ ਟਾਈਮ ਮੇਡਸ ਰੱਖੀਆਂ ਤਾਂ ਮੇਰੀ ਮੇਡ ਨੇ ਕਦੋਂ ਮੇਰੇ ਬੱਚਿਆਂ ਨੂੰ ਕਾਰਟੂਨ ਦਿਖਾਉਣ ਦੇ ਬਹਾਨੇ ਖਾਣਾ ਖਵਾਉਂਦੇ ਆ ਤਾਂ ਉਹਨੂੰ ਕਾਰਟੂਨ ਦਿਖਾਉਂਦੇ ਦਿਖਾਉਂਦੇ ਉਹਨਾਂ ਨੂੰ ਕਦੋਂ ਆਦਤ ਪਾਤੀ ਮੈਨੂੰ ਪਤਾ ਹੀ ਨਹੀਂ ਲੱਗਿਆ ਹਨਾ ਮੈਂ ਜਦੋਂ ਦੇਖਿਆ ਕਿ ਬੱਚਾ ਖਾਣਾ ਨਹੀਂ ਖਾ ਰਿਹਾ ਤਾਂ ਉਹ ਅੱਗੇ ਕੁਝ ਵੀ ਉਹਨਾਂ ਨੂੰ ਲਗਾ ਦਿੰਦੀ ਸੀ ਮੋਬਾਈਲ ਤੇ ਤੇ ਉਹ ਬੱਚੇ ਉਹਨੂੰ ਦੇਖਦੇ ਦੇਖਦੇ ਖਾਣਾ ਖਾ ਨਹੀਂ ਸੀ ਰਹਿੰਦੇ ਉਹ ਐਕਚੁਅਲੀ ਤਾਂ ਉਧਰ ਧਿਆਨ ਉਹਨਾਂ ਦਾ ਮੋਬਾਈਲ 'ਚ ਹੁੰਦਾ ਸੀ ਤੇ ਮੈਨੂੰ ਵੀ ਮੁਸ਼ਕਿਲ ਆਈ ਬਾਤ ਜਦੋਂ ਮੈਂ ਉਹਨੂੰ ਹਟਾਇਆ ਮੈਂ ਆਪਣੇ ਬੱਚਿਆਂ ਨੂੰ ਖੁਦ ਖਾਣਾ ਖਵਾਇਆ ਤਾਂ ਮੈਨੂੰ ਮੁਸ਼ਕਿਲ ਆਈ ਤੇ ਮੈਨੂੰ ਥੋੜੀ ਦੇਰ ਉਹ ਕਰਨਾ ਪਿਆ ਕਿਉਂਕਿ ਬੱਚੇ ਖਾਣਾ ਹੀ ਨਹੀਂ ਸਿਖਾਉਂਦੇ ਮੋਬਾਈਲ ਬਿਨਾ ਮੈਨੂੰ ਫਿਰ ਥੋੜੀ ਜਿਹੀ ਦਿਵਾਰ ਲੱਗਿਆ ਕਿ ਮੇਰੇ ਬੱਚਿਆਂ ਤੋਂ ਐਡਿਕਸ਼ਨ ਹੋ ਰਹੀ ਹੈ ਫਿਰ ਮੈਂ ਉਹਨਾਂ ਨੂੰ ਮਤਲਬ ਉਹਨਾਂ ਨੂੰ ਉਹ ਸਮਝ ਨਹੀਂ ਸਕਦੇ ਵੀ ਇਹਦੇ ਕੀ ਨੁਕਸਾਨ ਨੇ ਮੋਬਾਈਲ ਦੇ ਮੈਂ ਉਹਨਾਂ ਨੂੰ ਹੌਲੀ 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 ਮੋਟੀਵੇਟ ਕਰਕੇ ਕਹਾਣੀ ਸੁਣਾਉਂਦੇ ਸੁਣਾਉਂਦੇ ਉਹਨਾਂ ਨੂੰ ਖਾਣਾ ਖਾਣਾ ਸ਼ੁਰੂ ਕੀਤਾ ਅਜੇ ਵੀ ਮਤਲਬ ਕਈ ਵੇਰੀ ਹੋ ਜਾਂਦਾ ਕੇ ਮੰਨ ਲਓ ਮੈਂ ਘਰ ਦਾ ਕੰਮ ਵੀ ਕਰਨਾ ਹੈ ਮੇਰੇ ਕੋਲ ਫੁੱਲ ਟਾਈਮ ਮੇਡ ਨਹੀਂ ਹੈਗੀ ਜੀ ਮੈਂ ਅੱਜਕੱਲ ਮੈਂ ਘਰ ਦਾ ਕੰਮ ਵੀ ਕਰਨਾ ਹੈ ਬੱਚਾ ਵੀ ਤੰਗ ਕਰ ਰਿਹਾ ਉਹਨਾਂ ਦਾ ਹੋਮਵਰਕ ਵੀ ਕਰਾਣਾ ਹੈ lots of work ਮਤਲਬ ਮੇਰੇ ਸਿਰ ਤੇ ਹਜੇ ਹੈਗੇ ਆ ਹਨਾ ਮੈਂ ਹਸਬੈਂਡ ਨੂੰ ਵੀ ਉਹਨਾਂ ਦਾ ਮਨਪਸੰਦ ਦਾ ਕੁਝ ਦੇਣਾ ਘਰ ਦੀਆਂ ਹੋਰ ਜ਼ਰੂਰਤਾਂ ਵੀ ਹਨਾ ਖਰੀਦਦਾਰੀ ਵੀ ਕਰਕੇ ਲਿਆਣੀ ਹੈ ਸੋ ਕਈ ਵਾਰੀ ਹੋ ਜਾਂਦਾ ਰਜੇ ਕਿਤਨੇ ਲੋਕ ਥੋੜੀ ਦਮ ਮੋਬਾਈਲ ਦੇਖ ਲੋ ਜਿਹੜਾ ਕਿ ਗਲਤ ਹੈ ਪਰ ਅਸੀਂ ਵੀ ਅਸੀਂ ਹਾਂ ਪਰ ਕੀ ਕਰੀਏ ਹਨਾ ਕੱਲੇ ਬੰਦੇ ਹੈਗੇ ਆ ਨਾ ਕੋਈ ਸੱਸ ਹੈ ਨਾ ਮਾਂ ਹੈ ਘਰ ਦੇ ਵਿੱਚ ਜਾਂ ਕੋਈ ਨਨਾਨੀ ਹੈ ਕੋਈ ਹੋਰ ਨਹੀਂ ਹੈ ਜਿਹੜਾ ਜਿੰਦੇ ਲਈ ਬੰਦਾ ਕਹਿ ਸਕੇ ਕਿ 2 ਮਿੰਟ ਤੁਸੀਂ ਬੱਚੇ ਨੂੰ ਦੇਖਿਓ ਕਈ ਵਾਰੀ ਤਾਂ ਮੈਨੂੰ ਕੋਈ ਸ਼ਰਮ ਨਹੀਂ ਦੱਸਦੇ ਹੋਏ ਕਿ ਕਈ ਵਾਰ ਬਾਥਰੂਮ ਟਾਇਲਟ ਜਾਣਾ ਵੀ ਮੁਸ਼ਕਲ ਹੋ ਜਾਂਦਾ ਹੈ ਹਨਾ ਮਦਰ ਤੁਸੀਂ ਗੱਲ ਕਰਸ ਨਾ ਮਦਰਹੂਡ ਕੀ ਹੈ ਮਦਰਹੂਡ ਇਹ ਹੈ ਕਿ ਕਈ ਵਾਰੀ ਤਾਂ ਕਾ ਆਪਣੀਆਂ ਹੀ ਜ਼ਰੂਰੀ ਜਿਹੜਾ ਐਕਟੀਵਿਟੀ ਆ ਉਹ ਵੀ ਘੰਟਿਆਂ ਬੱਧੀ ਰੋਕ ਕੇ ਰੱਖਣੀ ਪੈਂਦੀ ਆ ਕਿ ਮੇਰਾ ਬੱਚਾ ਪਹਿਲਾਂ ਥੋੜਾ ਸੈਟਲਡਾਊਨ ਹੋ ਜਵੇ ਜਾਂ ਮੈਂ ਇਹਦਾ ਖਾਣਾ ਬਣਾਦਾ ਜਾਂ ਇਹਨੂੰ ਕੁਝ ਦੇਦਾ ਫੇਰ ਹੀ ਮੈਂ ਜਾਵਾਂਗੀ ਹਨਾ ਕਈ ਵਾਰੀ ਤਾਂ ਮੈਂ ਭੁੱਲ ਵੀ ਜਾਂਦੀ ਆ ਕਿ ਮੈਂ ਕੁਝ ਖਾਦਾ ਵੀ ਆ ਸਵੇਰ ਦਾ ਕਿ ਨਹੀਂ ਖਾਦਾ ਮਤਲਬ ਇਹ ਔਰਤ ਐਦਾਂ ਦੀ ਐ ਹਨਾ ਕੋਈ ਹੈ ਨਹੀਂ ਅਸੀਂ ਕੀ ਕਰੀਏ ਮੈਂ ਵੀ ਦੇ ਦੰਨੀ ਆ ਮੋਬਾਈਲ ਜਿਹੜਾ ਕਿ ਗਲਤ ਹੈ ਕਈ ਵਾਰ ਟੀਵੀ ਤੇ ਵੀ ਦਿਖਾਈਦਾ ਕੋਸ਼ਿਸ਼ ਚ ਕਰੀਦੀ ਆ ਕਿ ਟੀਵੀ ਦੇਖਣ ਪਰ ਫੇਰ ਵੀ ਮੋਬਾਈਲ ਤਰ੍ਹਾਂ ਜੀ ਦਿੱਤਾ ਹੀ ਜਾਂਦਾ ਮੈਂ ਝੂਠ ਨਹੀਂ ਬੋਲਾਂਗੀ ਕਈ ਵਾਰੀ ਥੋੜਾ ਜਿਵੇਂ ਹੁਣ ਕੱਲ ਹੀ ਕੋਈ ਮੈਨੂੰ ਫਿਲਮ ਦੀ ਸੋਰੀ ਸੁਣਾਣ ਆਈ ਸੀ ਉਹਨਾਂ ਨੇ ਸਾਈਨ ਕਰਨਾ ਸੀਗਾ ਤੇ ਮੈਂ ਕੀ ਕਰਾਂ ਮੈਂ ਬੱਚੇ ਮੇਰੇ ਤੰਗ ਕਰ ਰੇ ਸੀ ਗੱਲ ਨਹੀਂ ਸੀ ਕਰਨ ਦੇ ਰਹੇ ਹਨਾ ਉਹ ਆਲੇ ਦਾਲੇ ਪੁੱਛਦੇ ਤੇ ਮੈਂ ਥੋੜੀ ਦੇਰ ਲਈ ਬਿਠਾਇਆ ਉਹਨਾਂ ਨੂੰ ਮੋਬਾਈਲ ਦੇ ਕੇ ਮਜਬੂਰੀ ਹੋ ਜਾਂਦੀ ਹੈ ਜਦ ਕੇ ਜਾਣਦੇ ਆ ਕਿ ਗਲਤ ਹੈ ਮਦਹੁੜਦੀ ਜਦੋਂ ਇੱਕ ਗੱਲ ਹੁੰਦੀ ਹੈ ਨਾ ਮਮ ਸੈਕਰੀਫਾਈਸ ਹੋ ਗਿਆ ਮਮਤਾ ਹੋ ਗਈ ਸਾਰਾ ਕੁਝ ਹੋ ਗਿਆ ਇੱਕ ਲਾਸਟ ਗੱਲ ਆਂਦੀ ਹੈ ਕਿ ਆਪਾਂ ਨੂੰ ਨਾ ਕਦੇ ਆਪਾਂ ਇੰਨੀ ਲਾਈਫ ਦੇ ਵਿੱਚ ਬਿਜ਼ੀ ਹੋ ਜਾਂਦੇ ਆ ਸ਼ਾਇਦ ਆਪਾਂ ਬੱਚਿਆਂ ਨੂੰ ਬਿਨਾਂ ਦੀ ਮਾਵਾਂ ਦੀ ਚੋਇਸ ਨਹੀਂ ਪਤਾ ਹੁੰਦੀ ਤੇ ਮਾਵਾ ਨੇ ਕਦੇ ਕੋਸ਼ਿਸ਼ ਵੀ ਨਹੀਂ ਕੀਤੀ ਹੁੰਦੀ ਕਿ ਮੈਨੂੰ ਆ ਚੀਜ਼ ਪਸੰਦ ਹੈ ਖਾਸ ਕਰ ਇਹ ਚੀਜ਼ ਜੁਆਇੰਟ ਫੈਮਲੀਜ਼ ਵਿੱਚ ਹੁੰਦੀ ਹੈ ਅਗਰ ਇੱਕ ਬੰਦੇ ਨੇ ਸਬਜੀ ਖਾਣੀ ਹੈ ਨਾ ਤਾਂ ਉਹ ਮਤਲਬ ਮਾਂ ਨਾਲ ਇੱਕ ਐਦਾਂ ਦਾ ਹੈ ਕਿ ਸਾਰਿਆਂ ਨੂੰ ਅੱਡ ਬਣਾ ਦੇਗੀ ਬਟ ਕਦੇ ਉਹਨਾਂ ਨੇ ਆਪ ਦੀ ਪਸੰਦ ਨਹੀਂ ਦੱਸਨੀ ਜਾਂ ਕਦੇ ਉਹਨਾਂ ਨੇ ਆਪ ਦੀ ਪਸੰਦ ਰੱਖਣੀ ਨਹੀਂ ਤਾਂ ਮੈਂ ਮੇਰਾ ਇਹ ਸਵਾਲ ਹੈ ਕਿ ਤੁਸੀਂ ਉਹਨਾਂ ਔਰਤਾਂ ਨੂੰ ਉਹਨਾਂ ਮਾਵਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਅੱਜ ਦੇ ਟਾਈਮ ਵਿੱਚ ਬੱਚੇ ਜਿੱਥੇ ਕੇਅਰਿੰਗ ਹੈ ਉੱਥੇ ਆਦੀ ਪਸੰਦ ਰੱਖਣੀ ਚਾਹੀਦੀ ਹੈ ਮਦਦਸ ਨੂੰ ਜੀ ਅ ਬਿਲਕੁਲ ਦੇਖੋ ਅੱਜ ਕੱਲ ਮੇਰਾ ਵੀ ਇਹੀ ਹਾਲ ਹੈ ਜਦੋਂ ਦੇ ਮੇਰੇ ਬੱਚੇ ਮੇਰੀ ਲਾਈਫ 'ਚ ਆਏ ਆ ਤਾਂ ਮੈਨੂੰ ਪਤਾ ਹੀ ਨਹੀਂ ਹੁੰਦਾ ਮੈਂ ਕੀ ਖਾਣਾ ਜੋ ਉਹਨਾਂ ਨੇ ਛੱਡਿਆ ਉਹ ਖਾ ਲ ਲਈ ਉਹਦੇ ਨਾਲੇ ਢਿੱਡ ਭਰ ਜਾਂਦਾ ਹੈ ਹਨਾ ਮੇਰੇ ਬੱਚੇ ਨੇ ਛੱਡਤਾ ਇੱਥੋਂ ਕੁਛ ਮਾੜਾ ਮਿਲ ਗਿਆ ਉੱਥੋਂ ਕੁਛ ਮਿਲ ਗਿਆ ਮੈਂ ਕਦੇ ਆਪਣੇ ਲਈ ਕੁਝ ਸਪੈਸ਼ਲ ਨਹੀਂ ਬਣਾਇਆ ਪਹਿਲਾਂ ਵੀ ਨਹੀਂ ਸੀ ਬਣਾਇਆ ਖੈਰ ਕਦੇ ਅ ਦੇਖੋ ਹਰ ਤਰ੍ਹਾਂ ਦੀਆਂ ਔਰਤਾਂ ਕੁਝ ਔਰਤਾਂ ਹੋ ਜੀਆਂ ਜੜੀਆਂ ਆਪਣੇ ਸ਼ੌਕ ਪੂਰੇ ਕਰਦੀਆਂ ਨੇ ਕਿਸੇ ਵੀ ਕੀਮਤ ਤੇ ਕਰਦੀਆਂ ਉਹਦੀ ਜੇਬ ਅਲੋ ਕਰਦੀ ਹੈ ਨਹੀਂ ਕਰਦੀ ਬਟ ਉਹ ਆਪਣੇ ਆਪ ਨੂੰ ਅਪ ਟੂ ਡੇਟ ਰੱਖਦੀਆਂ ਨੇ ਹਨਾ ਕੁਝ ਮੇਰੇ ਵਰਗੀਆਂ ਵੀ ਹੈਗੀਆਂ ਨੇ ਜਿਹੜੀਆਂ ਹਰ ਗੱਲ ਨੂੰ ਸੋਧੀਆਂ ਚੱਲ ਛੱਡ ਪਰੇ ਹਨਾ ਕੀ ਪਾਰਲਰ ਜਾਣਾ ਛੱਡ ਪਰੇ ਕਿ ਸਰਦ ਹੈ ਹਨਾ ਆ ਕੀ ਲੈਣਾ ਛੱਡ ਪਰੇ ਮੇਰੇ ਬਹੁਤ ਕੱਪੜੇ ਪਏ ਹੈ ਹਨਾ ਆ ਖਾਣ ਨੂੰ ਦਿਲ ਕਰਦਾ ਛੱਡ ਪਰੇ ਘਰਾਂ ਚ ਆ ਪਿਆ ਨਾ ਬਚਿਆ ਹੋਇਆ ਕੱਲ ਦਾ ਆ ਹੀ ਖਾ ਲੰਨੀ ਐ ਮੈਂ ਵੀ ਉਦਾਂ ਦੀ ਹੀ ਮਾਂ ਹੈਨਾ ਅੱਜ ਕੱਲ ਬੱਚੇ ਨੇ ਛੱਡਿਆ ਉਹ ਖਾ ਲਿਆ ਆਪਣੇ ਲਈ ਕਦੇ ਸਪੈਸ਼ਲ ਕੁਝ ਨਹੀਂ ਬਣਾਇਆ ਮੈਨੂੰ ਪਤਾ ਹੀ ਨਹੀਂ ਮੇਰਾ ਕੀ ਖਾਣ ਨੂੰ ਦਿਲ ਕਰ ਰਿਹਾ ਕੀ ਨਹੀਂ ਬਸ ਅੱਜ ਕੱਲ ਇਹ ਹੈ ਕਿ ਹਾਂ ਪੇਟ ਪਰ ਗੇਟ ਸੁੱਕ ਕੇ ਹੈਨਾ ਬਟ ਮੈਨੂੰ ਲੱਗਦਾ ਕਿ ਥੋੜਾ ਜਿਹਾ ਆਪਣੇ ਲਈ ਜੀ ਲੈਣਾ ਚਾਹੀਦਾ ਜਿਹੜਾ ਕਿ ਮੈਂ ਨਹੀਂ ਬਿਲਕੁਲ ਕਰ ਪਾਉਂਦੀ ਚਾ ਕੇ ਵੀ ਨਹੀਂ ਕਰ ਪਾਉਂਦੀ ਸ਼ਾਇਦ ਮੇਰਾ ਸੁਭਾਅ ਇਦਾਂ ਦਾ ਹੈ ਪਰ ਫਿਰ ਕਿਤੇ ਤੁਹਾਨੂੰ ਇਹ ਨਾ ਲੱਗੇ ਕਿ ਮੈਂ ਕੁਝ ਕਰ ਨਹੀਂ ਪਾਈ ਆਪਣੇ ਆਪਲੀ ਮੇਰੀ ਲਾਈਫ ਇਦਾਂ ਹੀ ਲੰਘ ਗਈ ਸ਼ਾਇਦ ਮੌਕਾ ਮਿਲੇ ਤਾਂ ਕਰ ਲੈਣਾ ਚਾਹੀਦਾ ਜਾਂ ਫੈਮਿਲੀ ਨੂੰ ਕਰਵਾਉਣਾ ਚਾਹੀਦਾ ਔਰਤਾਂ ਨੂੰ ਜੇ ਉਹ ਆਪ ਨਹੀਂ ਕਰਦੀ ਤਾਂ ਫੈਮਿਲੀ ਚ ਕੋਈ ਤਾਂ ਹੋਣਾ ਚਾਹੀਦਾ ਜਿਹੜਾ ਸੋਚੇ ਕਿ ਯਾਰ ਇਹਨੇ ਕੁਝ ਖਾਦਾ ਕਿ ਨਹੀਂ ਖਾਦਾ ਚਲ ਅੱਜ ਮੈਂ ਇਹਦੀ ਆਊਟਿੰਗ ਕਰਵਾ ਦਾਂ ਮੋਸਟਲੀ ਵੈਸੇ ਦੇਖਿਆ ਜਾਂਦਾ ਹੈ ਤੇ ਔਰਤ ਖਾਣਾ ਬਣਾਉਂਦੀ ਆ ਹਸਬੰਡ ਨੂੰ ਖਵਾਤਾ ਬੱਚਿਆਂ ਨੂੰ ਖਵਾਤਾ ਉਸ ਤੋਂ ਬਾਅਦ ਉਹ ਆਪਣਾ ਮਾੜਾ ਮੋਟਾ ਜਿਹੜਾ ਬਚਿਆ ਹੁੰਦਾ ਉਹਦੇ 'ਚ ਆਪਣੀ ਪਲੇਟ 'ਚ ਪਾ ਕੇ ਜਦੋਂ ਉਹ ਖਾਣ ਲੱਗ ਦਿੰਦੀ ਆ ਤਾਂ ਹਸਬੰਡ ਕਹਿ ਦਿੰਦੇ ਆ ਕਿ ਇੱਕ ਇੱਕ ਕੱਪ ਚਾਹ ਬਣਾਈ ਹਨਾ ਤੇ ਉਹ ਕਹਿੰਦੀ ਵੀ ਇੱਕ ਮਿੰਟ ਮੈਂ ਰੋਟੀ ਖਾ ਲਾਂ ਤਾਂ ਹਸਬੰਡ ਕਹਿ ਦਿੰਦੇ ਆ ਵੀ ਖੜੀ-ਖੜੀ ਬਣਾ ਦੇ ਤਾਂ ਕਿ ਇਹ ਨਾਲੇ ਰੋਟੀ ਖਾ ਲਾ ਖੜੀ-ਖੜੀ ਖਾ ਲੈ ਤੇ ਨਾਲੇ ਰੋਟੀ ਖਾ ਲੈ ਨਾਲੇ ਚਾਹ ਬਣਾ ਦੇ ਮਤਲਬ ਮੈਨੂੰ ਲੱਗਦਾ ਔਰਤ ਦੀ ਇਹਨੂੰ अहमियत ਨਹੀਂ ਦਿੱਤੀ ਜਾਂਦੀ ਵੀ ਉਹ ਵੀ ਸਕੂਨ ਨਾਲ ਬੈਠ ਕੇ ਹਨਾ ਰਿਲੈਕਸ ਹੋ ਕੇ ਰੋਟੀ ਖਾਵੇ ਤੇ ਉਧਰੋਂ ਬੱਚੇ ਰੋਲਾ ਪਾ ਰਹੇ ਹੁੰਦੇ ਆ ਸੋ ਇਦਾਂ ਹੀ ਲੰਘ ਲੰਘ ਜਾਂਦੀ ਹੈ ਸੌਰੀ ਮੈਂ ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕਹਿ ਰਹੀਆਂ ਐਦਾਂ ਹੁੰਦਾ ਮੇਰੇ ਨਾਲ ਤਾਂ ਅਕਸਰ ਹੁੰਦਾ ਹੈ ਅੱਜ ਸਾਡਾ ਨਾ ਮਕਸਦ ਹੀ ਇਹ ਚ ਸੀ ਕਿ ਅਸੀਂ ਮਦਰਹੁੱਡ ਤੇ ਇੱਕ ਹੁੰਦਾ ਨਾ ਰਿਐਲਿਟੀ ਚੈੱਕ ਵੀ ਦੇਈ ਉਹਨਾਂ ਔਰਤਾਂ ਨੂੰ ਜੋ ਇਹ ਦੇਖ ਰਹੀਆਂ ਇੰਟਰਵਿਊ ਕਿ ਹਾਂ ਮਾਵਾਂ ਦੇ ਵੀ ਚਾਹ ਹੁੰਦੇ ਨੇ ਮਾਵਾਂ ਦੇ ਮਮਤਾ ਦੇ ਪਿੱਛ ਕਿੰਨਾ ਜ਼ਿਆਦਾ ਸੈਕਰੀਫਾਈਸ ਛੁਪਿਆ ਹੁੰਦਾ ਤੇ ਖਾਸ ਕਰ ਅਗਰ ਕੋਈ ਅਦਾਕਾਰ ਬਣ ਜੇ ਤਾਂ ਜਿੱਥੇ ਉਹਨਾਂ ਦੀ ਲਾਈਫ ਸਿਰਫ irdgir ਦੇਖ ਸਟਾਰਸ ਦੇ ਵਿੱਚ ਨਹੀਂ ਹੁੰਦੀ ਬਟ ਫੈਮਲੀ ਦੇ ਵਿੱਚ ਵੀ ਹੁੰਦੀ ਹੈ ਬਾਹਰ ਜਿਹੜੀ ਲਾਈਫ ਦਿਖਦੀ ਹੈ ਐਕਚੁਅਲੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਘਰ ਵੀ ਸਾਡੀ ਉਹੀ ਜਿਹੀ ਲਾਈਫ ਹੈ ਘਰ ਸਾਡੇਆਂ ਉਹੀ ਇੱਕ ਆਮ ਔਰਤ ਵਰਗੀਆਂ ਸਾਰੀਆਂ ਡਿਊਟੀਆਂ ਨੇ ਠੀਕ ਹੈ ਹਾਂ ਬਾਕੀ ਮੈਂ ਤੁਹਾਨੂੰ ਇਹ ਵੀ ਕਿਹਾ ਕਿ ਡਿਫਰ ਕਰਦਾ ਹਰ ਔਰਤ ਦੇ ਸੁਭਾਅ ਤੇ ਹੋ ਸਕਦਾ ਮੈਂ ਚਾਹਾਂ ਤਾਂ ਮੈਂ ਦੋ ਦੋ ਮੀਟਸ ਰੱਖ ਕੇ ਚੁੱਪ ਕਰਕੇ ਵੀ ਬੈਠ ਸਕਦੀ ਆ ਪਰ ਮੈਨੂੰ ਉਹ ਵੇਸਟੇਜ ਲੱਗਦੀ ਹੈ ਮੈਨੂੰ ਲੱਗਦਾ ਹੈ ਕਿ ਨਹੀਂ ਹਨਾ ਕਿਉਂ ਮੈਂ ਖੁਦ ਕਰ ਸਕਦੀ ਆ ਤਾਂ ਇਹ ਡਿਪੈਂਡ ਕਰਦਾ ਤੁਹਾਡੇ ਸੁਭਾਅ ਤੇ ਸ਼ਾਇਦ ਮੇਰਾ ਸੁਭਾਅ ਉਦਾਂ ਦਾ ਨਹੀਂ ਹੈਗਾ ਹਨਾ ਮੈਂ ਇਹ ਨਹੀਂ ਕਵਾਂਗੀ ਕਿ ਸਾਰੀਆਂ ਹੀ ਔਰਤਾਂ ਇੰਨਾ ਬਰਡਨ ਲੈਂਦੀਆਂ ਨੇ ਜਾਂ ਉਹਨਾਂ ਨੂੰ ਲੈਣਾ ਚਾਹੀਦਾ ਪਰ ਤੁਸੀਂ ਆਪਣੇ ਨੇਚਰ ਨੂੰ ਜਿਹੜਾ ਉਹ ਚੇਂਜ ਨਹੀਂ ਕਰ ਸਕਦੇ ਹਨਾ ਤੇ ਫਿਰ ਮੈਨੂੰ ਜਿਵੇਂ ਰੱਖਦੀ ਵੀ ਆ ਤਾਂ ਮੈਨੂੰ ਲੱਗਦਾ ਯਾਰ ਮੈਂ ਬੈਠੀ ਕੀ ਕਰਦੀ ਆ ਹਨਾ ਬਾਕੀ ਸਾਡੀ ਲਾਈਫ ਬਾਹਰ ਤੇ ਅੰਦਰ ਸਾਰਿਆਂ ਦੀ ਅਲੱਗ-ਅਲੱਗ ਤਾਂ ਥੋੜੀ ਹੁੰਦੀ ਹੋਈ ਹੈ ਹਨਾ ਸੋ ਹੁਣੇ ਮਾਂ ਸਾਨੂੰ ਕਿਹੜੀ ਫਿਲਮ ਵਿੱਚ ਦਿਖੇਗੀ 10 ਜ਼ੋਨ ਕਿਹੜੀ ਅਪਕਮਿੰਗ ਫਿਲਮ ਦੇ ਵਿੱਚ ਆ ਰਹੇ ਹੋ ਤੁਸੀਂ ਪਰਸੋਂ ਰਿਲੀਜ਼ ਆ ਰਜੇ ਮੋ ਜੀ ਫਿਰ ਅੱਜ ਡਬਿੰਗ ਤੇ ਆ ਮੈਂ ਚੱਲ ਜਿੰਦੀ ਏ ਹੈਨਾ ਫਿਰ ਕਰ ਲੈ ਮੋੜ ਮੁੜਾਈਆਂ ਆ ਰਹੀ ਹੈ ਇੱਕ ਵਿੱਚ ਬੋਲਾਂਗਾ ਤੇਰੇ ਆ ਰਹੀ ਹੈ ਫੁਰਤੀਲਾ ਆਣੀ ਹੈ ਤੇ ਮੇਰਾ ਬਾਬਾ ਨਾਨਕ ਹੈ ਇੱਕ ਹੁਣੇ ਮੈਂ ਹਿੰਦੀ ਫਿਲਮਾਂ ਹਾਂ ਹਿੰਦੀ ਫਿਲਮ ਇੱਕ ਰੀਅਲ ਸਟੋਰੀ ਤੇ ਬਣ ਰਹੀ ਆ ਉਹ ਮੈਂ ਕਰ ਰਹੀ ਆ ਕੈਨੇਡਾ ਕਾਲਿੰਗਾ ਇੱਕ ਫਿਲਮ ਮਤਲਬ ਚੱਲ ਰਹੀਆਂ ਰਜੇ ਥੋੜੀ ਥੋੜੀ ਸਟਰਗਲ ਮੇਰੀ ਤਾਂ ਮੇਰੇ ਬੱਚਿਆਂ ਤੋਂ ਬਾਅਦ ਐਕਚੁਅਲੀ ਦੁਬਾਰਾ ਸਟਰਗਲ ਸ਼ੁਰੂ ਹੋਈ ਹੈ ਨਵੀਂ ਜ਼ਿੰਦਗੀ ਸ਼ੁਰੂ ਹੋਈ ਹੈ ਜਦੋਂ ਮੈਂ ਪ੍ਰੈਗਨਨਸੀ ਚ ਸੀਗੀ ਮੇਰੀ ਡਾਕਟਰ ਦਾ ਮੁੰਡਾ ਆਈ ਸੀ ਤੇ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਪਰ ਉਸ ਉਸੇ ਟਾਈਮ ਮੈਂ ਪ੍ਰੈਗਨਨਸੀ ਚ ਚਲੀ ਗਈ ਹੈ ਨਾ ਤੇ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਅਵੋਇਡ ਕਰਾਂ ਵਸਫਰ ਕਰਨਾ ਫਿਰ ਬੱਚੇ ਹੋ ਗਏ ਬੱਚਿਆਂ ਨੂੰ ਪਾਲਣ ਦੇ ਵਿੱਚ 2 ਸਾਲ ਚਲੇ ਗਏ ਤੇ ਉਸ ਤੋਂ ਬਾਅਦ ਇੰਡਸਟਰੀ ਤਾਂ ਮੈਨੂੰ ਬਹੁਤ ਭਾਲੀ ਗਈ ਸੀ ਤੇ ਦੁਬਾਰਾ ਤੋਂ ਮੈਂ ਅਪਕਮਿੰਗ ਕੀਤੀ ਹੈ ਹਨਾ ਤੇ ਥੋੜੀ ਥੋੜਾ ਥੋੜੀ ਹਾਜ਼ਰੀ ਲਵਾਨੀ ਸ਼ੁਰੂ ਕਰ ਰਹੀ ਹਾਂ ਹੋਪਸੋ ਲੋਕੀ ਹੁਣ ਮੈਨੂੰ ਹੋਰ ਬੁਲਾਉਣਾ ਸ਼ੁਰੂ ਕਰਨਗੇ ਬਿਲਕੁਲ ਮੈਮ ਸਾਨੂੰ ਬਹੁਤ ਚੰਗਾ ਲੱਗਦਾ ਹੈ ਤਾਂ ਹੁਣ ਤੁਸੀਂ ਮੋਹ ਫਿਲਮ ਦੀ ਗੱਲ ਕੀਤੀ ਹੈ ਤਾਂ ਇੱਕ ਲਾਸਟ ਸਵਾਲ ਹੈ ਮੇਰਾ ਕਿ ਹੁਣ ਤੁਹਾਨੂੰ ਤੁਹਾਡੀ ਲਾਈਫ ਦੇ ਵਿੱਚ ਕਿਸ ਚੀਜ਼ ਨਾਲ ਸਭ ਤੋਂ ਜ਼ਿਆਦਾ ਮੋਹ ਹੈ ਮੇਰੇ ਬੱਚਿਆਂ ਨਾਲ ਮੈਨੂੰ ਹਮੇਸ਼ਾ ਐ ਲੱਗਦਾ ਵੀ ਮੈਂ ਹਰ ਪਲ ਹਰ ਸਾਹ ਮਤਲਬ ਇੱਕ ਇੱਕ ਸਾਚ 100 100 ਵਾਰ ਜੀਵਾਂ ਕਿਉਂਕਿ ਉਹ ਮੇਰੀ ਲਾਈਫ ਚ ਇੰਨੀ ਕੁ ਲੇਟ ਆਏ ਆ ਤੇ ਮੈਨੂੰ ਲੱਗਦਾ ਵੀ ਜਿੰਨੀ ਉਹ ਲੇਟ ਆਏ ਆ ਮੈਂ ਉਹਨਾਂ ਉਹਨਾਂ ਦੇ ਨਾਲ ਜ਼ਿਆਦਾ ਜੀਵਾਂ ਹਨਾ ਤੇ ਮੈਂ ਹਮੇਸ਼ਾ ਵਾਇਗਰੂ ਨੂੰ ਕਹਿੰਦੀ ਆ ਵੀ ਜਿੰਨੀ ਮੇਰੀ ਲਾਈਫ ਚੋ ਲੇਟ ਆਏ ਆ ਉਹਨੇ ਸਾਲ ਤਾਂ ਮੈਨੂੰ ਜ਼ਰੂਰ ਦਈ ਵੀ ਮੈਂ ਆਪਣੇ ਬੱਚਿਆਂ ਨਾਲ ਰਵਾਂ ਸੋ ਮੈਨੂੰ ਹੁੰਦਾ ਵੀ ਹਰ ਪਲ ਹਰ ਘੜੀ ਇੱਕ ਇੱਕ ਘੜੀ ਚ ਹਜ਼ਾਰ ਹਜ਼ਾਰ ਘੜੀਆਂ ਉਹਨਾਂ ਨਾਲ ਜੀਵਾ ਮੈਮ ਤੁਹਾਡੀ ਉਮਰ ਬਹੁਤ ਲੰਬੀ ਜਾਵੇ ਤੇ ਤੁਸੀਂ ਇੰਡਸਟਰੀ ਦੇ ਵਿੱਚ ਹੋਰ ਤੁਹਾਨੂੰ ਇੱਕ ਮਾਂ ਦੇ ਜਿੰਨੇ ਵੀ ਰੂਪ ਐ ਤੁਸੀਂ ਦਿਖਾਉਂ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਬਹੁਤ ਬਹੁਤ ਜ਼ਿਆਦਾ ਅਸੀਂ ਖੁਸ਼ ਰੁਆਉਂਦੇ ਬੱਚਿਆਂ ਦੇ ਨਾਲ ਤੇ ਤੁਹਾਨੂੰ ਤੁਸੀਂ ਐਦਾਂ ਹੀ ਮਾਵਾਂ ਦੇ ਅਲੱਗ-ਅਲੱਗ ਸ਼ੇਡਸ ਦੇ ਕੇ ਸਾਨੂੰ ਅੱਛੇ ਤਰ੍ਹਾਂ ਮਨੋਰੰਜਨ ਕਰਦੇ ਰਹੋ ਸਾਡਾ ਥੈਂਕ ਯੂ ਥੈਂਕ ਯੂ ਸੋ ਨਾਈਸ ਆਫ ਯੂ ਥੈਂਕ ਯੂ ਸੋ ਮੱਚ ਮੈਮ ਸੋ ਅਸੀ ਸਾਡੇ ਨਾਲ ਅਨੀਤਾ ਮੀਤ ਜੀ ਜਿਨ੍ਹਾਂ ਨੇ ਮਾਵਾਂ ਦੇ ਸਾਰੇ ਸ਼ੇਡਜ਼ ਬਖੂਬੀ ਨਿਭਾਏ ਹੈ ਦੱਸੇ ਵੀ ਹੈ ਤੇ ਅਸੀਂ ਉਮੀਦ ਕਰਦੇ ਹਾਂ ਕਿ ਇਸ ਇੰਟਰਵਿਊ ਦੇ ਰਾਹੀਂ ਜੋ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਵੀ ਪਤਾ ਲੱਗਿਆ ਹੋਵਾ ਕਿ ਮਾਵਾਂ ਦੇ ਵਿੱਚ ਆ ਹੁੰਦੇ ਨੇ ਕਈ ਪੂਰੇ ਕਰ ਲੈਂਦੇ ਨੇ ਤੇ ਕਈ ਫੈਮਿਲੀ ਦੇ ਜਿਹੜੇ ਹੁੰਦੇ ਆ ਰਿਸਪੌਂਸਿਬਿਲਟੀਜ਼ ਹੁੰਦੀਆਂ ਉਹਨਾਂ ਦੇ ਅੱਗੇ ਦਬਾ ਦਿੰਦੀਆਂ ਸੋ ਹੋਰ ਖਬਰਾਂ ਲਈ ਜੁੜੇ ਰਹੋ ਫਿਲਮੀ ਜੰਕਸ਼ਨ ਦੇ ਨਾਲ